ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ 8 ਦਸੰਬਰ ਨੂੰ ਸ਼ੁਰੂ ਕੀਤੇ ਜਾਣ ਵਾਲੇ ਇਨਸਾਫ਼ ਮਾਰਚ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ, ਜਿਸ ਦੇ ਤਹਿਤ ਵਿਧਾਨ ਸਭਾ ਹਲਕਾ ਮੌੜ ਮੰਡੀ ਵਿਖੇ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਸਾਬਕਾ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੀਟਿੰਗਾਂ ਕੀਤੀਆਂ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਜਗਦੇਵ ਸਿੰਘ ਖਮਾਲੂ ਵੀ ਮੌਜੂਦ ਰਹੇ। ਜਾਣਕਾਰੀ ਮੁਤਾਬਕ ਇਨਸਾਫ਼ ਮਾਰਚ ਵਿੱਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਵੀ ਸ਼ਮੂਲੀਅਤ ਕਰਨਗੇ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨਾਲ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਧੱਕੇਸ਼ਾਹੀ ਕੀਤੀ ਤੇ ਹੁਣ ਕਾਂਗਰਸ ਉਸੇ ਕਦਮ ਤੇ ਚੱਲ ਰਹੀ ਹੈ ਤੇ ਉਹਨਾਂ ਲੋਕਾਂ ਨੂੰ ਇਸ ਮਾਰਚ ਵਿੱਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ। ਇੱਕ ਇਨਸਾਫ਼ ਮਾਰਚ ਉਲੀਕਿਆ ਪੰਜਾਬ ਦੇ ਵਿੱਚ, ਜਿਹੜਾ ਕਿ 8 ਦਸੰਬਰ ਤੋਂ ਅਸੀਂ ਤਲਵੰਡੀ ਸਾਬੋ ਤੋਂ ਉਸਦਾ ਆਗਾਜ਼ ਕਰਕੇ ਤੇ 180 ਕਿਲੋਮੀਟਰ ਪੈਦਲ ਤੁਰ ਕੇ 54 ਪਿੰਡਾਂ ਦੇ ਵਿੱਚ ਦੀ ਹੋ ਕੇ ਅਸੀਂ ਪਟਿਆਲੇ 16 ਦਸੰਬਰ ਨੂੰ ਇਸ ਨੂੰ ਖਤਮ ਕਰਾਂਗੇ। ਅੱਜ ਉਸੇ ਸਿਲਸਿਲੇ ਵਿੱਚ ਹਲਕੇ ਦੇ MLA ਜਗਦੇਵ ਸਿੰਘ ਕਮਾਲੂ ਮੌੜ ਹਲਕੇ ਦੇ ਵਿੱਚ ਪਿੰਡਾਂ 'ਚ ਮੀਟਿੰਗਾਂ ਰੱਖੀਆਂ। ਅਸੀਂ ਯਤਨ ਕਰ ਰਹੇ ਹਾਂ ਕਿ ਹਰ ਅਸੈਂਬਲੀ ਹਲਕੇ ਵਿੱਚ 2 ਮੀਟਿੰਗਾਂ ਕਰੀਏ। ਇਸ ਵਕਤ ਅਸੀਂ ਰਾਜਗੜ੍ਹ ਕੁੱਬੇ ਪਿੰਡ ਵਿੱਚ ਖੜ੍ਹੇ ਹਾਂ ਅਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ, ਨਗਰ ਨਿਵਾਸੀਆਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਇਹਨਾਂ ਸਾਰਿਆਂ ਨੇ ਭਰੋਸਾ ਦਿੱਤਾ ਕਿ ਅਸੀਂ 8 ਤਰੀਕ ਨੂੰ ਤਲਵੰਡੀ ਸਾਬੋ ਵੀ ਆਵਾਂਗੇ ਅਤੇ ਇਹਨਾਂ ਪਿੰਡਾਂ ਦੇ ਵਿੱਚ ਜਦੋਂ ਇਨਸਾਫ਼ ਮਾਰਚ ਲੰਘੇਗਾ ਅਸੀਂ ਉੱਥੇ ਵੀ ਸਹਿਯੋਗ ਅਤੇ ਸਾਥ ਦੇਵਾਂਗੇ। ਅਤੇ ਇਸ ਦਾ ਮਕਸਦ ਇਹ ਹੈਗਾ ਕਿ ਅੱਜ ਪੰਜਾਬ ਦੇ ਵਿੱਚ ਸਾਰੇ ਪਾਸੇ ਬੇਇਨਸਾਫ਼ੀ ਹੋਈ, ਹਾਹਾਕਾਰ ਮੱਚੀ ਹੋਈ ਆ, ਹਰ ਜਗ੍ਹਾ ਦੇ ਉੱਤੇ ਧੱਕਾ ਹੋ ਰਿਹਾ ਵਾ। ਔਰ ਸਭ ਤੋਂ ਵੱਡਾ ਧੱਕਾ ਜੋ ਅਕਾਲੀਆਂ ਅਖੌਤੀਆਂ ਨੇ ਕੀਤਾ ਸੀ ਬਾਦਲਾਂ ਨੇ, ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਅੱਜ ਤੋਂ ਠੀਕ 3 ਸਾਲ ਪਹਿਲਾਂ ਨਾ ਕੋਈ ਬੇਅਦਬੀ ਦੇ ਦੋਸ਼ੀ ਫੜੇ ਗਏ, ਨਾ ਬਹਿਬਲ ਕਲਾਂ ਦੇ ਵਿੱਚ ਕਤਲ ਕਰਨ ਵਾਲੇ ਪੁਲਿਸ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅੱਜ 20 ਮਹੀਨੇ ਹੋ ਗਏ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ 573 ਸਫ਼ੇ ਦੀ, 8 ਘੰਟੇ ਬਹਿਸ ਹੁੰਦੀ ਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ, ਨਤੀਜਾ 0 ਨਿਕਲਦਾ ਵਾ। ਉਲਟਾ ਪੁਲਿਸ ਵਾਲੇ ਦੋਸ਼ੀ, ਚਾਹੇ ਉਹ ਸੁਮੇਧ ਸਿੰਘ ਸੈਣੀ ਆ, ਚਾਹੇ ਉਹ ਕੋਈ ਹੋਰ ਚਰਨਜੀਤ ਸ਼ਰਮਾ ਵਾ, ਸਾਰਿਆਂ ਨੂੰ ਅਮਰਿੰਦਰ ਸਿੰਘ ਦੀ ਸਰਕਾਰ ਨੇ ਹਾਈਕੋਰਟ ਦੇ ਦਰਵਾਜ਼ੇ ਤੱਕ ਪਹੁੰਚ ਕੇ ਉਹਨਾਂ ਨੂੰ ਸਟੇਅ ਲੈਣ ਦਿੱਤਾ ਅਤੇ ਹੁਣ ਉਹ ਕਹਿੰਦੇ ਨੇ ਸਾਰੇ ਕਿ ਅਸੀਂ ਇਹਨਾਂ ਦੋਸ਼ੀਆਂ ਨੂੰ ਫੜ ਨਹੀਂ ਸਕਦੇ। ਕੋਟਕਪੂਰੇ ਵਿੱਚ ਗੋਲੀ ਚੱਲੀ ਆ, ਕੋਟਕਪੂਰੇ 'ਚ ਲਾਠੀਚਾਰਜ ਹੋਇਆ ਆ, ਲੇਕਿਨ ਉੱਥੇ ਕਿਸੇ ਨੂੰ ਕੋਈ ਇਨਸਾਫ਼ ਨਹੀਂ ਦਿੱਤਾ। ਇਹ ਸਾਡਾ ਮੰਨਣਾ ਵਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਜਿਹੜੀਆਂ ਹੋਈਆਂ ਉਦੋਂ ਅਕਾਲੀਆਂ ਨੇ ਵੋਟਾਂ ਦੀ ਨੀਤੀ ਦੇ ਕਰਕੇ ਦੋਸ਼ੀਆਂ ਨੂੰ ਨਹੀਂ ਫੜਿਆ। ਉਹਨਾਂ ਨੂੰ ਪਤਾ ਸਭ ਕੁਝ ਸੀਗਾ ਕਿ ਕਿਹੜੇ ਡੇਰੇ ਵਿੱਚ ਕਿੱਥੇ ਸਾਜ਼ਿਸ਼ਾਂ ਘੜੀਆਂ ਗਈਆਂ, ਕਿੱਥੇ ਇਹ ਉਹਨਾਂ ਨੂੰ ਅੰਜਾਮ ਦਿੱਤਾ ਗਿਆ। ਇਸੇ ਤਰ੍ਹਾਂ ਹੀ ਜਿਹੜੇ ਦੋਸ਼ੀ ਆ ਪੁਲਿਸ ਵਾਲੇ, ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਬਚਾਓ ਕੀਤਾ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਪੁਲਿਸ ਨੂੰ ਬਚਾ ਰਿਹਾ ਵਾ ਅਤੇ ਇਨਸਾਫ਼ ਦੇਣ ਤੋਂ ਭੱਜ ਰਹੇ ਨੇ। ਇਸ ਤੋਂ ਇਲਾਵਾ ਜੋ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਠਿੰਡਾ, ਮਾਨਸਾ, ਸੰਗਰੂਰ ਅਤੇ ਬਰਨਾਲਾ ਵਿੱਚ ਕਿਸਾਨ ਅਤੇ ਕਿਰਤੀਆਂ ਦੀ ਜੋ ਮੰਦਹਾਲੀ ਆ, ਜੋ ਕਰਜ਼ਾ ਵਾ ਅਤੇ ਜੋ ਖੁਦਕੁਸ਼ੀਆਂ ਹੋ ਰਹੀਆਂ, ਇਸ ਮਸਲੇ ਨੂੰ ਅਸੀਂ ਬਹੁਤ ਜ਼ੋਰਦਾਰ ਢੰਗ ਨਾਲ ਉਠਾਵਾਂਗੇ। ਅੱਜ ਜਵਾਨੀ ਵੀ ਰੁਲ ਰਹੀ ਪੰਜਾਬ ਦੀ, ਸਾਡੇ ਬੱਚੇ ਬੇਰੁਜ਼ਗਾਰ ਨੇ, ਅੱਜ ਸਾਡੇ ਟੀਚਰ ਜਿਹੜੇ ਨੇ ਪਟਿਆਲੇ ਵਿੱਚ ਧਰਨੇ 'ਤੇ ਬੈਠੇ ਨੇ, ਉਹਨਾਂ ਨੂੰ ਸਰਕਾਰ ਲੇਬਰ ਦੇ ਤਨਖਾਹ ਦੇ ਉੱਤੇ ਰੇਟ ਦੇ ਉੱਤੇ ਕੰਮ ਕਰਨ ਦੇ ਵਾਸਤੇ ਕਹਿ ਰਹੀ ਆ। ਅੱਜ ਸਾਡੇ ਬੱਚੇ ਬੇਰੁਜ਼ਗਾਰ ਨਸ਼ਿਆਂ ਵੱਲ ਨੂੰ ਧੱਕੇ ਗਏ ਨੇ, ਅੱਜ ਸਾਡੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੇ ਕਰਕੇ ਪੰਜਾਬ ਦਾ ਚੰਗਾ ਪੜ੍ਹਿਆ ਲਿਖਿਆ ਜੋ ਹਿਊਮਨ ਰਿਸੋਰਸ ਆ ਉਹ ਸਾਰਾ ਵਿਦੇਸ਼ਾਂ ਵਿੱਚ ਕੂਚ ਕਰ ਰਿਹਾ ਵਾ। ਇਹ ਸਾਰੇ ਇਸ਼ੂਜ਼ ਨੂੰ ਅਸੀਂ ਇਨਸਾਫ਼ ਮਾਰਚ ਲਵਾਂਗੇ। ਇਸ ਤੋਂ ਇਲਾਵਾ ਜੋ ਗਰੀਬ ਤਬਕਾ ਵਾ, ਵੀਕਰ ਸੈਕਸ਼ਨਸ ਨੇ, ਦਲਿਤ ਨੇ ਸਾਡੇ ਸਟੇਟ ਦੇ, ਉਹਨਾਂ ਵਾਸਤੇ ਕੋਈ ਪੁਖਤਾ ਸਕੀਮਸ, ਉਹਨਾਂ ਦੇ ਕੋਲ ਘਰਾਂ ਦੀ ਥੋੜ੍ਹ ਆ, ਕਦੀ ਕਿਸੇ ਸਰਕਾਰ ਨੇ ਲੰਬੇ ਸਮੇਂ ਵਾਸਤੇ ਕੋਈ ਨੀਤੀ ਬਣਾ ਕੇ ਉਹਨਾਂ ਨੂੰ ਹਾਊਸਿੰਗ ਪ੍ਰੋਬਲਮ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਬੱਚਿਆਂ ਤੋਂ ਤਾਲੀਮ ਖੋਈ ਗਈ ਆ,